ਮੈਂ ਬਚਪਨ ਮੈਨੂੰ ਆਪਣਾ ਯਾਦ ਆ ਗਿਆ ਐਫਾ ਸਕੂਲ ਸਿਸਟਮ ਦੀਆਂ ਦੀਵਾਰਾਂ ਵੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ। ਜਦੋਂ ਪਹਿਲੇ ਦਿਨ ਮੈਂ ਸਕੂਲੇ ਹਾਜ਼ਰ ਹੋਇਆ ਅਤੇ ਫਿਰ ਉਸ ਤੋਂ ਬਾਅਦ ਕੱਚੀ ਪੱਕੀ ਪਹਿਲੀ ਦੂਜੀ ਤੀਜੀ ਚੌਥੀ 'ਚ ਗਿਆ ਅਤੇ ਥੋੜ੍ਹਾ ਜਿਹਾ ਉਰਦੂ ਸਮਝਣ ਦੀ ਕੋਸ਼ਿਸ਼ ਆ ਗਈ ਅਤੇ ਦੀਵਾਰ 'ਤੇ ਲਿਖਿਆ ਸੀ ਸਾਡੇ ਸਕੂਲ ਦੀ ਦੀਵਾਰ 'ਤੇ ਅਤੇ ਸਫਾਈ ਨਿਸਫ ਈਮਾਨ ਹੈ, ਇਹ ਨਵੀਂ ਪਾਕ ਦੀ ਹਦੀਸੇ ਪਾਕ ਹੈ। ਅਤੇ ਜਦੋਂ ਹਦੀਸ ਸ਼ਰੀਫ ਪੜ੍ਹੀ ਜਾਏ ਤਾਂ ਫਿਰ ਜਿਹੜਾ ਈਮਾਨ ਵਾਲਾ ਹੱਥ ਚੁੱਕ ਕੇ ਸੁਬਾਨਾ ਲੱਗਿਆ ਸਕਦਾ ਹੈ, ਬਿਸਮਿਲਾ ਸਫਾਈ ਨਿਸਫ ਈਮਾਨ ਹੈ। ਪੰਜਵੀਂ ਹੋ ਗਈ, ਛੇਵੀਂ 'ਚ ਦਾਖਲਾ ਲੈ ਲਿਆ, ਸਕੂਲ ਦੀ ਦੀਵਾਰ 'ਤੇ ਲਿਖਿਆ ਸਫਾਈ ਨਿਸਫ ਈਮਾਨ ਹੈ। ਯਕੀਨਨ ਇਹਦੀਆਂ ਦੀਵਾਰਾਂ 'ਤੇ ਵੀ ਲਿਖਿਆ ਹੋਏਗਾ, ਚਾਹੇ ਇੰਗਲਿਸ਼ 'ਚ ਲਿਖਿਆ ਹੋਵੇ ਚਾਹੇ ਉਰਦੂ 'ਚ ਲਿਖਿਆ ਹੋਵੇ, ਸਫਾਈ ਨਿਸਫ ਈਮਾਨ ਹੈ। ਹਰ ਇਦਾਰਾ, ਹਰ ਕਾਲਜ, ਸਕੂਲ ਸਿਸਟਮ ਹੋਵੇ, ਅਕਸਰ ਦੀਵਾਰਾਂ 'ਤੇ ਲਿਖਿਆ ਹੈ ਸਫਾਈ ਨਿਸਫ ਈਮਾਨ, ਸਫਾਈ ਨਿਸਫ। ਮੇਰਾ ਜੁਮਲਾ ਜ਼ਾਇਆ ਨਾ ਕਰਨਾ। ਉਹ ਭਾਈ ਉਹ ਟੋਪੀ ਵਾਲਿਆ ਸੁਣਿਆ ਮੈਨੂੰ, ਵੇਖ ਮੈਂ ਤੈਨੂੰ ਸੁਣਾ ਰਿਹਾ, ਤੂੰ ਪਿਛਲੇ ਨਾ ਲੱਗਾ, ਮੈਨੂੰ ਵੇਖ, ਮੈਨੂੰ ਛੇੜ ਜਿੰਨਾ ਕੁ ਛੇੜਨਾ। ਸਫਾਈ ਨਿਸਫ ਈਮਾਨ, ਸਫਾਈ ਨਿਸਫ ਈਮਾਨ, ਸ਼ਿਆਕਾ ਕਾ ਫਰਮਾਨ, ਸਫਾਈ ਨਿਸਫ ਈਮਾਨ। ਮੈਂ ਸਾਰਿਆਂ ਸਕੂਲਾਂ ਵਾਲਿਆਂ ਵਾਸਤੇ ਅਤੇ ਸਾਰਿਆਂ ਅਦਾਰਿਆਂ ਵਾਲਿਆਂ ਵਾਸਤੇ ਝੋਲੀ ਬੁਲੰਦ ਕਰਕੇ ਅਤੇ ਹੱਥ ਬੰਨ ਕੇ ਅਪੀਲ ਕਰਾਂਗਾ, ਅਗਰ ਦੀਵਾਰਾਂ 'ਤੇ ਲਿਖਣਾ ਹੈ ਸਫਾਈ ਨਿਸਫ ਈਮਾਨ, ਇਹ ਵੀ ਹਦੀਸ ਲਿਖ ਅਲੀ ਕੁੱਲੇ ਈਮਾਨ। ਇਹਦੇ ਵਾਰੀ ਬਿਮਾਰੀ ਕਿਉਂ ਪੈਂਦੀ ਹੈ? ਹਾਂ ਸ਼ਾਬਾਸ਼, ਹਾਂ ਹਾਂ। ਕਈਆਂ ਬੰਦਿਆਂ ਨੂੰ ਮੇਰੇ ਜੁਮਲੇ ਨਾਲ ਇਖਤਲਾਫ ਹੋਵੇ, ਮੈਂ ਕੋਈ ਕਿਸੇ ਦੀ ਜੇਬ ਦੇ ਵਿੱਚ ਰੁਪਈਏ ਕੱਢਣ ਲੱਗਾ ਨਾ, ਹੋਵੇ ਪਿਆ ਪਿਆ ਮੈਨੂੰ ਕਿਹੜੀ ਗੱਲ, ਖਾਏ ਖਸਮਾਂ ਨੂੰ ਮੈਂ ਉਹਦੇ ਕੋਲ ਕੀ ਲੈਣਾ, ਠੀਕ ਹੈ ਨਾ, ਮਰੇ ਪਿਆ ਥਾਂ 'ਤੇ ਮੇਰਾ ਕਿ, ਮੈਂ ਆਪਣੇ ਈਮਾਨ ਦੀ ਗੱਲ ਕੀਤੀ ਹੈ। ਸਫਾਈ ਨਿਸਫ ਈਮਾਨ, ਨਿਸਫ ਈਮਾਨ ਵਾਲੀ ਹਦੀਸ ਤੁਝੇ ਯਾਦ ਹੈ, ਅਲੀ ਕੁੱਲੇ ਈਮਾਨ ਹੈ। ਇਹ ਵੀ ਆਪਣੇ ਬੱਚੋਂ ਕੋ ਸਿਖਾਓ, ਇਹ ਵੀ ਸਕੂਲ ਕੀ ਦੀਵਾਰੋਂ ਪਰ ਲਿਖੋ, ਇਹ ਵੀ ਅਦਾਰੋਂ ਪਰ ਲਿਖੋ। ਇਸ ਲਈ ਅੱਲਾਹ, ਮੈਨੇ ਇਸ ਲਈ ਆਤੇ ਹੋਏ ਕਿਹਾ ਕਿ ਸੁਨੀਆਂ ਤੂੰ ਖੁਸ਼ ਰਿਹਾ ਕਰ, ਤੇਰਾ ਮਸਲਕ ਐਸਾ ਹੈ ਕਿ ਤੂੰ ਹੈ ਨਾਲੈਣ ਵਾਲਾ, ਸੁਨੀ ਹੈ ਨਾਲੈਣ ਵਾਲਾ, ਸੁਨੀ ਹੈ ਕਦਮੈਨ ਵਾਲਾ, ਸੁਨੀ ਹੈ ਹਰਮੈਨ ਵਾਲਾ, ਸੁਨੀ ਹੈ ਸ਼ੈਖੈਨ ਵਾਲਾ, ਸੁਨੀ ਹੈ ਹਸਨੈਨ ਵਾਲਾ, ਸੁਨੀ ਹੈ ਗੌਸੇ ਸਕਲੈਨ ਵਾਲਾ। ਕੈਮਰਾਮੈਨ ਭਾਈ ਬੈਠੀ ਨਾ, ਮੇਰਾ ਬੇਟਾ ਕੈਮਰਾ ਇਹਨਾਂ ਦੇ ਹੱਥ ਕੈਚ ਕਰ ਲਈ, ਹੁਣਿਆ ਹੁਣਿਆ। ਸੁਨੀ ਹੈ ਨਾਲੈਣ ਵਾਲਾ, ਸੁਨੀ ਹੈ ਕਦਮੈਨ ਵਾਲਾ, ਸੁਨੀ ਹੈ ਹਰਮੈਨ ਵਾਲਾ, ਸੁਨੀ ਹੈ ਹਸਨੈਨ ਵਾਲਾ, ਸੁਨੀ ਹੈ ਸ਼ੈਖੈਨ ਵਾਲਾ, ਸੁਨੀ ਹੈ ਗੌਸੇ ਸਕਲੈਨ ਵਾਲਾ, ਸੁਨੀ ਹੈ ਮੇਰੇ ਆਕਾ ਕੇ ਵਾਲਦੈਨ ਵਾਲਾ, ਸੁਨੀ ਹੈ ਮੇਰੇ ਆਕਾ ਕੇ ਵਾਲਦੈਨ ਵਾਲਾ, ਔਰ ਸੁਨੀ ਹੈ ਹਜ਼ਰਤ ਅਬੂ ਬਕਰ ਕਾ ਨਾਮ ਹੈ ਅਬਦੁੱਲਾ, ਅਬਦੁੱਲਾ ਕੀ ਐਨ ਵਾਲਾ, ਸੁਨੀ ਹੈ ਉਮਰ ਕੀ ਐਨ ਵਾਲਾ, ਸੁਨੀ ਹੈ ਉਸਮਾਨ ਕੀ ਐਨ ਵਾਲਾ, ਸੁਨੀ ਹੈ ਮੌਲਾ ਅਲੀ ਕੀ ਐਨ ਵਾਲਾ, ਮੌਲਾ ਅਲੀ ਕੀ ਐਨ ਵਾਲਾ। ਇਸ ਲਈ ਆਪਣੇ ਬੱਚੋਂ ਕੋ ਸਿਖਾਓ, ਸਫਾਈ ਨਿਸਫ ਈਮਾਨ ਹੈ, ਅਲੀ ਕੁੱਲੇ ਈਮਾਨ ਹੈ।